ਭਿਆਨਕ ਸੜਕ ਹਾਦਸੇ ਦੀਆਂ ਇਹ ਤਸਵੀਰਾਂ ਜਲੰਧਰ ਦੀਆਂ ਨੇ, ਜਿੱਥੇ ਪਠਾਨਕੋਟ ਬਾਈਪਾਸ ਦੇ ਨੇੜੇ ਬਲੈਰੋ ਅਤੇ ਟਰੱਕ ਦੇ ਵਿੱਚ ਭਿਆਨਕ ਟੱਕਰ ਹੋ ਗਈ। ਇਸ ਮੌਕੇ ਗੱਡੀ ਦੇ ਵਿੱਚ ਮੌਜੂਦ ਡਰਾਈਵਰ ਅਤੇ ਕੰਡਕਟਰ ਨੂੰ ਲੋਕਾਂ ਨੇ ਮੁਸ਼ਕਲ ਦੇ ਨਾਲ ਬਾਹਰ ਕੱਢਿਆ। ਜ਼ਿਕਰਯੋਗ ਹੈ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਸੀ। ਰਾਹਗੀਰਾਂ ਨੇ ਇਸ ਮੌਕੇ ਗੱਡੀ ਦੇ ਵਿੱਚ ਤੜਫਦੇ ਕੰਡਕਟਰ ਅਤੇ ਡਰਾਈਵਰ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ। ਜ਼ਿਕਰਯੋਗ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਬਲੈਰੋ ਪਿੱਛੋਂ ਦੀ ਆ ਕੇ ਟਰੱਕ ਦੇ ਵਿੱਚ ਜਾ ਵੱਜੀ। ਦਰਅਸਲ ਟਰੱਕ ਡਰਾਈਵਰ ਦੇ ਵੱਲੋਂ ਅਚਾਨਕ ਬ੍ਰੇਕ ਲਗਾਉਣ ਦੀ ਵਜ੍ਹਾ ਦੇ ਨਾਲ ਇਹ ਹਾਦਸਾ ਵਾਪਰਿਆ, ਅਜਿਹਾ ਦੱਸਿਆ ਗਿਆ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਕਿੰਨੇ ਬੰਦੇ ਸੀ ਵਿੱਚ? ਇਹ ਭਾਈ ਤਿੰਨ ਬੰਦੇ ਸੀ। ਤਿੰਨ ਬੰਦੇ? ਅੱਛਾ ਜੀ। ਤੇ ਆਪਾਂ ਉੱਥੇ ਸਾਹਮਣੇ ਹੀ ਸੀਗੇ, ਉਹ ਟਰੱਕ ਵਾਲੀ ਨੇ ਮਾਰਿਆ, ਫਿਰ ਆਪਾਂ ਟਰੱਕ ਵੀ ਉਹ ਨਾਲ ਹੀ ਖਿਲਾਇਆ ਪਿਆ। ਡਰਾਈਵਰ ਫੜ ਲਿਆ ਤੁਸੀਂ? ਹਾਂ, ਡਰਾਈਵਰ ਵੀ ਉੱਥੇ ਹੀ ਆ। ਅੱਛਾ ਜੀ, ਤੇ ਮੁੰਡੇ ਕੱਢ ਲਿਆ ਗੱਡੀ ਚੋਂ? ਨਹੀਂ ਭਾਈ, ਇੱਕ ਕੱਢਿਆ, ਦੋ ਫਸਿਆ ਪਿਆ। ਦੋ ਫਸੇ ਹੋਏ ਆ? ਦੋ ਹੈਗੇ ਆ।